ਮੈਂ ਸੱਸਾਂ ਅੱਗੇ ਅਪੀਲ ਕਰਾਂਗਾ, ਭੈਣਾਂ ਇਹ ਵੀ ਨਾ ਕਿਆ ਕਰ ਮੇਰਾ ਘਰ ਨਹੀਂ ਸਾਹਮਣਾ ਆਉਂਦਾ ਮੇਰੀ ਨੌਂ ਨੂੰ, ਮੇਰੀ ਬੇਟੀ ਹੈ ਉਮੇ ਅਮਲ, ਪੰਜ ਅਤੇ ਮੇਰੀਆਂ ਚਾਰ ਧੀਆਂ ਅਤੇ ਇੱਕ ਪੁੱਤਰ ਹੈ, ਅਤੇ ਮੈਨੂੰ ਇੱਕ ਦਿਨ ਕਹਿੰਦੀ ਪਾਪਾ ਇਹ ਜੁੱਤਾ ਪਿੱਛੇ ਉਤਾਰੋ। ਮੈਨੇ ਬੋਲਾ ਬੇਟਾ ਕਿਉਂ? ਪਾਪਾ ਮੈਨੇ ਵੀ ਸਫਾਈ ਕੀ, ਮੈਂ ਕਿਤਨੀ ਦੇਰ ਗੱਲ ਨਾ ਲਾ ਕੇ ਰੋਇਆ, ਧੀਏ ਮੈਨੂੰ ਪਤਾ ਹੋਵੇ ਮੈਂ ਮਕਾਨ ਛੱਡ ਜਾਣਾ, ਮੈਂ ਸਫਾਈ ਨਹੀਂ ਕਰਾਂਗਾ, ਮੈਨੂੰ ਪਤਾ ਹੋਵੇ ਮੈਂ ਦੁਕਾਨ ਛੱਡ ਜਾਣੀ ਹੈ, ਮੈਂ ਕਲੀ ਨਹੀਂ ਕਰਾਵਾਂਗਾ, ਮੈਨੂੰ ਪਤਾ ਮੈਂ ਨਾ ਬੂੰਗੇ ਦੀ ਇਹ ਕਬਰ ਪੁੱਟ ਤੋਹੀਦਾਬਾਦ ਦੀ ਜ਼ਮੀਨ ਛੱਡ ਜਾਣੀ ਏ, ਮੈਂ ਰੂੜੀ ਨਹੀਂ ਪਾਵਾਂਗਾ, ਸੁਹਾਗਾ ਨਹੀਂ ਮਾਰਾਂਗਾ, ਨੁਕਰਾਂ ਨਹੀਂ ਬਣਾਵਾਂਗਾ, ਕਿਰਾਇਆ ਨਹੀਂ ਮਾਰਾਂਗਾ, ਖਾਲ ਨਹੀਂ ਖਾਲਾਂਗਾ, ਮੋਗੇ 'ਤੇ ਨਹੀਂ ਜਾਵਾਂਗਾ, ਮੈਨੂੰ ਪਤਾ ਮੈਂ ਜ਼ਮੀਨ ਛੱਡ ਜਾਣੀ ਏ, ਮੈਨੂੰ ਪਤਾ ਵੇ ਮੈਂ ਮਕਾਨ ਛੱਡ ਜਾਣਾ ਏ, ਮੈਂ ਮਕਾਨ ਨੂੰ ਪੋਚਾ ਨਹੀਂ ਮਾਰਾਂਗਾ, ਛੱਤ 'ਤੇ ਮਿੱਟੀ ਨਹੀਂ ਪਾਵਾਂਗਾ, ਤੂੜੀ ਨਹੀਂ ਪਾਵਾਂਗਾ, ਮੈਨੂੰ ਪਤਾ ਮੈਂ ਛੱਤ ਛੱਡ ਜਾਣੀ ਏ, ਇੱਕੋ ਰਿਸ਼ਤਾ ਜੱਗ 'ਤੇ ਧੀ ਦਾ ਵੇ, ਪਤਾ ਬਾਬਲ ਦਾ ਵਿਹੜਾ ਛੱਡ ਜਾਣਾ ਏ, ਪਰ ਬਾਬਲ ਦੇ ਵਿਹੜੇ ਰੋਜ਼ ਸਾਫ਼ ਕਰਦੀਆਂ ਨੇ, ਬਾਬਲ ਦੇ ਕਮਰੇ ਨਿੱਤ ਸਾਫ਼ ਕਰਦੀਆਂ ਨੇ, ਧੀਆਂ ਆਉਂਦੀਆਂ ਨੇ ਦੌਲਤਾਂ ਬਗਾਨੀਆਂ, ਸਾਡਾ ਕਿਹੜਾ ਜ਼ੋਰ ਬਾਬਲਾ ਜਦੋਂ ਚੜ੍ਹਨ ਧੀਆਂ ਨੂੰ ਜਵਾਨੀਆਂ, ਮਾਪੇ ਦਿੰਦੇ ਤੋਰ ਬਾਬਲਾ ਨੀਵੀਂ ਪਾ ਕੇ ਉੱਥੇ ਤੁਰ ਚੱਲਦੀਆਂ, ਜਿੱਥੇ ਦਿੰਦੇ ਤੋਰ ਬਾਬਲਾ ਉੱਚਾ ਕਦੀ ਵੀ ਨਹੀਂ ਬਾਬਲ ਅੱਗੇ ਬੋਲੀਆਂ, ਬਗਾਨੇ ਹੱਥ ਡੋਰ ਬਾਬਲਾ। ਮੈਂ ਜੁਮਲਾ ਕਵਾਂਗਾ ਧੀਆਂ ਦੀ ਕਿਸਮਤ ਪਰਦੇਸ ਵੇ ਬਾਬਲ, ਪੁੱਤਰਾਂ ਲਈ ਜਗੀਰਾਂ ਦੁੱਖ ਸੁੱਖ ਸਹਿਵਣ, ਚੁੱਪ ਕਰ ਰਹਿਵਣ ਧੀਆਂ ਦੀਆਂ ਤਕਦੀਰਾਂ, ਧੀਆਂ ਦੂਰ ਨਾ ਵਿਆਵੀ ਵੇਖੀ ਬਾਬਲਾ, ਈਦਾਂ ਲੈ ਕੇ ਕੌਣ ਆਊਗਾ, ਰਾਵਾਂ ਤੱਕ ਤੱਕ ਦਿਲ ਡੁੱਬ ਜਾਊਗਾ, ਈਦਾਂ ਲੈ ਕੇ ਕੌਣ ਆਊਗਾ। ਔਰ ਜੁਮਲਾ ਬੜਾ ਦਰਦ ਵਾਲਾ ਹੈ, ਜਿਨ੍ਹਾਂ ਦੇ ਮਾਪੇ ਜ਼ਿੰਦਗੀ 'ਚ ਧੀਆਂ ਦੇ ਘਰ ਛੱਡ ਜਾਣ, ਓਏ ਲੋਕੋ ਧੀਆਂ ਨਾ ਤੇਰੇ ਘਰ ਆਬਾਦ ਨੇ, ਔਰਤ ਨਾ ਤੇਰੇ ਸਹੁਰਿਆਂ ਦੇ ਘਰ ਆਬਾਦ ਨੇ, ਗੱਲ ਬੜੀ ਵੱਡੀ ਕਰਨ ਲੱਗਾ ਹੈ, ਲੋਕਾਂ ਦੀਆਂ ਜਾਦੂ ਜੁੜਨ ਧੀਆਂ ਟੁਰ ਜਾਂਦੀਆਂ ਨੇ ਪੇਕੇ, ਮੈਂ ਉਜੜੀ ਕਿਸ ਪਾਸੇ ਜਾਵਾਂ ਸਹੁਰੇ ਰਹਿ ਨਾ ਪੇਕੇ, ਉਹ ਸਭੇ ਪੀੜਾਂ ਨੇ ਮੰਦੀਆਂ ਪਰ ਮੰਦੀ ਭਰਾਵਾਂ ਦੀ ਪੀੜ, ਉਹ ਭੈਣਾਂ ਕਿਵੇਂ ਜਿਉਂਦੀਆਂ ਮਰ ਗਏ ਜਿਨ੍ਹਾਂ ਦੇ ਵੀਰ, ਉਹ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ, ਉਹ ਪੁੱਤਰ ਮੋਏ ਨਹੀਂ ਭੁੱਲਦੇ ਨਾਸਰਾ ਭਾਵੇਂ ਹੋ ਕੇ ਮਰਨ ਫਕੀਰ, ਉਹ ਭੈਣਾਂ ਕਿਵੇਂ ਜਿਉਂਦੀਆਂ ਮਰ ਗਏ ਜਿਨ੍ਹਾਂ ਦੇ ਵੀਰ, ਉਹ ਸ਼ਾਲਾ ਮਰਨ ਨਵੀਰ ਕਿਸੇ ਦੇ ਨਾ ਹੋਣ ਨਾ ਮਾਨੀਆਂ ਭੈਣਾਂ।
ਛਾਲਾ ਮਰਨ ਨਾ ਵੀਰ ਕਿਸੇ ਦੇ ਨਾ ਹੋਣ ਨਾ ਮਾਨੀਆਂ ਬਹਿਣਾ ਉਹ ਜਿਸ ਬਹਿਣ ਦਾ ਵੀਰ ਨਾ ਕੋਈ ਉਸ ਕੀ ਦੁਨੀਆਂ ਤੋਂ ਲੈਣਾ ਉਹ ਮਿਟ ਗਏ ਨਕਸ਼ੇ ਕਦਮ ਵੀਰ ਦੇ ਮੈਨੂੰ ਵੇਲਾ ਆਵੇ ਖਾਵਣ ਵੇਖ ਗਰਾਂ ਨੂੰ ਜੰਦਰੇ ਲੱਗੇ ਮੇਰੀਆਂ ਅੱਖੀਆਂ ਲਾਏ ਸਾਵਣ ਉਹ ਡੀਗਰ ਵੇਲੇ ਜਦ ਕੁੜੀਆਂ ਆਪੋ ਆਪਣੇ ਵੀਰ ਖੜਾਵਣ ਬਾਈਆਂ ਮੋਈ ਸਮਝ ਕੇ ਮੈਥੋਂ ਆਪਣੇ ਵੀਰ ਲਗਾਵਣ ਉਹ ਸਭ ਪਰਦੇਸੀ ਵਤਨੀ ਆਏ ਤੁਵੇਂ ਵੀਰ ਮੋੜ ਮੁਹਾਰਾ ਆ ਜਾ ਮੇਰੇ ਸੋਹਣਿਆ ਵੀਰਾ ਤੈਨੂੰ ਬੈਠੀ ਵਾਜ਼ਾ ਮਾਰਾ ਇਹਨਾਂ ਨੇ ਲਾਹੇ ਹੋਏ ਨੇ ਲਹਿਰਾ ਜੁਣ ਅਜ਼ੀਜ਼ਾਂ ਨੇ ਮਨ ਜਿਹੜੇ ਬੀਬੀ ਹਾਜ਼ਰਾ ਬੈਠੀਆਂ ਨੇ ਹੁਣ ਅੱਲਾ ਸ਼ਹਿਨ ਸ਼ਾਹ ਦਾ ਦਰਬਾਰ ਏ ਪਾਣੀ ਮੁੱਕ ਗਿਆ ਖਜੂਰਾਂ ਮੁੱਕ ਗਈਆਂ ਮਾਂ ਸਭਾ ਤੇ ਗਈ ਫਿਰ ਮਰਵਾ ਤੇ ਇਹਨਾਂ ਸਭਾ ਵੱਲ ਮਰਵਾ ਮੈਂ ਸ਼ਾਇਰ ਲਾ ਅੱਲਾ ਦੀਆਂ ਨਿਸ਼ਾਨੀਆਂ ਚੋਂ ਨਿਸ਼ਾਨੀ ਬੀਬੀ ਪਾਕ ਨੇ ਜਿੱਥੇ ਹਰੀ ਬੱਤੀ ਆਈ ਦੌੜਨਾ ਸ਼ੁਰੂ ਕਰਤਾ ਉਹ ਲੋਕੋ ਦੌੜੀ ਕਿਉਂ ਏ ਪੁੱਤਰ ਦਿਸਣੋਂ ਹਟ ਗਿਆ ਮਾਂ ਨੂੰ ਪਰੇਸ਼ਾਨੀ ਲੱਗ ਗਈ ਕਿਤੇ ਕੁਛ ਹੈ ਮੇਰੇ ਲਾਲ ਨੂੰ ਨਾ ਲੈ ਜੇ ਤੂੰ ਆਉਂਦਾ ਵੀ ਰਾਮ ਦੇ ਕਮਰੇ 'ਚ ਜਾਂਦਾ ਵੀ ਰਾਮ ਦੇ ਕਮਰੇ 'ਚ ਕਦੀ ਆਉਂਦਿਆਂ ਮਾਂ ਦਾ ਕਮਰਾ ਨਹੀਂ ਵੇਖਿਆ ਜਾਂਦਾ ਮਾਂ ਦਾ ਕਮਰਾ ਨਹੀਂ ਵੇਖਿਆ ਕਦੀ ਆਉਂਦਿਆਂ ਮਾਂ ਦਾ ਪੁੱਛਿਆ ਨਹੀਂ ਜਾਂਦਿਆਂ ਮਾਂ ਦਾ ਪੁੱਛਿਆ ਨਹੀਂ ਓਏ ਸੁਣ ਮੇਰਿਆ ਸੋਹਣਿਆ ਵੀਰਾਂ ਓਏ ਪਾਕ ਪਤਨ ਦੇ ਆਬਾਸੀਆ ਓਏ ਕਾੜੇ ਦੇ ਆਬਾਸੀਆ ਓਏ ਬੂੰਗੇ ਦੇ ਆਬਾਸੀਆ ਹਵੇਲੀ ਦੇ ਆਬਾਸੀਆ ਓਏ ਦੇਪਾਲਪੁਰੀਆ ਇੱਕ ਗੱਲ ਧਿਆਨ ਨਾ ਪੱਲੇ ਬਣ ਕੇ ਲੈ ਜੇ ਮਾਂ ਹਾਜ਼ਰਾਂ ਨੂੰ ਪੁੱਤਰ ਦਿਸਣੋਂ ਹਟ ਗਿਆ ਮਾਂ ਦੌੜਨਾ ਸ਼ੁਰੂ ਕਰ ਦਿੱਤਾ ਅੱਲਾ ਪਾ ਪਰਵਾਂਦੇ ਨੇ ਹਾਜ਼ਰਾ ਕਿਆਮਤ ਤੱਕ ਤੇਰੇ ਪੈਰਾਂ ਤੇ ਦੜਾ ਕੇ ਹਾਜ਼ੀਆਂ ਨੂੰ ਪੈਗਾਮ ਦੇਵਾਂਗਾ ਮਾਂ ਆਪਣੇ ਲਈ ਨਹੀਂ ਦੌੜੀ ਪੁੱਤਰ ਦੀ ਭੁੱਖ ਪਿਆਸ ਵਾਸਤੇ ਦੌੜੀ ਏ ਅੱਜ ਕਿੰਨੇ ਬੈਠੇ ਜੇ ਕੋਈ ਸੋਚ ਤੇ ਸਹੀ ਤੂੰ ਵੀ ਕਦੇ ਘਰ 'ਚ ਨੱਸ ਕੇ ਮਾਂ ਨੂੰ ਪਾਣੀ ਪਿਆਇਆ ਹੋਵੇ ਨੱਸ ਕੇ ਰੋਟੀ ਅੱਗੇ ਰੱਖੀ ਹੋਵੇ ਮਾਂ ਦਾ ਪੱਲੂ ਪਕੜ ਕੇ ਕਿਹਾ ਹੋਵੇ ਮਾਈ ਬਾਪ ਪਹਿਲਾਂ ਰੋਟੀ ਤੁਸੀਂ ਖਾਣੀ ਬਾਅਦ 'ਚੋਂ ਮੈਂ ਖਾਣੀ ਹੈ ਵੇਖ ਕੈਸਾ ਮੰਦਰ ਆਉਂਦਿਆਂ ਵੀ ਪੁੱਛਿਆ ਕਰ ਜਾਂਦਿਆਂ ਵੀ ਪੁੱਛਿਆ ਕਰੇ ਕੌਣ ਏ ਇੰਨੇ ਡਾਲਰ ਕਮਾਏ ਗੱਲ ਯਾਰ ਪੁੱਛਦੇ ਰੋਟੀ ਖਾਧੀਏ ਕਿ ਨਹੀਂ ਗੱਲ ਮਾਂ ਪੁੱਛਦੀ ਰਾਤੀ ਸੁੱਤਾ ਕਿ ਨਹੀਂ ਗੱਲ ਮਾਂ ਪੁੱਛਦੀ ਰਾਡੋ ਲਿਆਇਆ ਏ ਕਿ ਨਹੀਂ ਗੱਲ ਯਾਰ ਪੁੱਛਦੇ ਆਈ ਫੋਨ ਲਿਆਇਆ ਗੱਲ ਪੁੱਤ ਪੁੱਛਦੇ ਮੇਰਾ ਜ਼ੇਵਰ ਲਿਆਇਆ ਗੱਲ ਬੀਵੀ ਪੁੱਛਦੀ ਮੇਰਾ ਜ਼ੇਵਰ ਲਿਆਇਆ ਗੱਲ ਬੀਵੀ ਪੁੱਛਦੀ ਕਿੰਨੀ ਛੁੱਟੀਏ ਲਿਆਇਆ ਗੱਲ ਮਾਂ ਪੁੱਛਦੀ ਕਿੰਨੀ ਛੁੱਟੀਏ ਲਿਆਇਆ ਗੱਲ ਮਾਂ ਪੁੱਛ ਐ ਜਿੰਨੇ ਬੱਚੇ ਬੈਠੇ ਨੇ ਜਿਨ੍ਹਾਂ ਦੀਆਂ ਮਾਵਾਂ ਮਰੀਆਂ ਪੁੱਛਿਆ ਜੇ ਕਦੇ ਚਾਚੀ ਤਾਈ ਮਾਸੀ ਫੁੱਫੀ ਨੇ ਇੱਕ ਵਾਰ ਰੋਟੀ ਦੇ ਕੇ ਦੁਬਾਰਾ ਪੁੱਛਿਆ ਵੇ ਵੀ ਪੁੱਤਰ ਹੋਰ ਖਾਣੀ ਏ ਹਾਏ ਕਿੰਨੀ ਛੁੱਟੀਏ ਲਿਆਇਆ ਗੱਲ ਮਾਂ ਪੁੱਛਦੀ ਇੱਕ ਸਾਲ ਹੋਰ ਲਾ ਲਾ ਗੱਲ
ਬੀਵੀ ਕਰਦੀ ਸ਼ਹਿਰ ਮਕਾਨ ਬਣਾ ਲਾ ਗੱਲ, ਔਲਾਦ ਕਰਦੀ ਪੂੰਗੇ ਮਕਾਨ ਬਣਾ ਲਾ ਗੱਲ, ਔਲਾਦ ਕਰਦੀ ਸਾਡਾ ਫਿਊਚਰ ਬਣਾ ਲਾ ਗੱਲ, ਔਲਾਦ ਕਰਦੀ ਚੁਣ ਵੀਜ਼ਾ ਹੋਰ ਲਵਾ ਲਾ ਗੱਲ, ਬੀਵੀ ਕਰਦੀ ਵੀਜ਼ਾ ਹੋਰ ਲਵਾ ਲਾ ਗੱਲ, ਔਲਾਦ ਕਰਦੀ ਛੁੱਟੀ ਲੈ ਕੇ ਤੂੰ ਆ ਜਾ ਗੱਲ ਮਾਂ ਕਰਦੀ, ਰੋਂਦਿਆਂ ਵੇਖ ਸ਼ਰੀਕ ਵੇ ਬੂਏ ਧੋ ਲੈਂਦੇ, ਬਿਨ ਮਾਵਾਂ ਦੇ ਕਾਵੀ ਟੁਕੜੇ ਖੋ ਲੈਂਦੇ, ਆਪਣੀਆਂ ਮਾਵਾਂ ਵਾਲੇ ਥਾਂ ਕੋਈ ਲੈਂਦਾ ਨਹੀਂ, ਉਤਲੇ ਮਨੋ ਤੇ ਹਰ ਕੋਈ ਪੁੱਤਰਾ ਕਹਿ ਲੈਂਦੇ, ਫਟੇ ਪੁਰਾਣੇ ਕੱਪੜੇ ਤਨ ਤੇ ਹੰਡਾਉਂਦੇ ਨੇ, ਭੁੱਖਿਆਂ ਰਹਿ ਕੇ ਲੋਕੋ ਪੁੱਤਰ ਜਾਉਂਦੇ ਨੇ, ਵਧੀ ਕੱਟੇ ਜੇ ਮਿਲ ਜਾਵੇ ਤੇ ਖਾਂਦੇ ਨੇ, ਬਾਦਸ਼ਾਹਾਂ ਵਾਲੇ ਲਾਡ ਆਪ ਲਡਾਉਂਦੇ ਨੇ, ਠੰਡੇ ਸਾਲਨ ਲੋਕੋ ਖਾਣੇ ਪੈ ਜਾਂਦੇ, ਜਦ ਮਾਪੇ ਕਬਰੀ ਡੇਰ ਲਾ ਲੈਂਦੇ। ਅਗਲਾ ਜੁਮਲਾ ਬੜਾ ਦਰਦ ਵਾਲਾ ਹੈ, ਸ਼ਾਮੋ ਸ਼ਾਮ ਓਏ ਸਫੇਦ ਦਾੜੀਆਂ ਨੇ ਬਾਬਿਆਂ ਨੂੰ ਚੁੰਮਿਆ ਕਰੋ, ਓਏ ਵਡੇਰੇ ਮਾਪੇ ਸਵਾ ਲੱਖ ਦੇ ਜੇ, ਬੁੱਢੇ ਮਾਪੇ ਸਵਾ ਲੱਖ ਦੇ ਜੇ, ਜਵਾਨ ਮਾਪੇ ਲੱਖ ਦੇ ਜੇ, ਤੁਸੀਂ ਕਹੋਗੇ ਦਲੀਲ, ਸ਼ਾਮੋ ਸ਼ਾਮ ਮਰਬਿਓ ਘਰ ਨੂੰ ਆਉਣਾ ਪੈ ਜਾਂਦਾ, ਜਦ ਘਰ ਦਾ ਰਾਖਾ ਕਬਰੀ ਡੇਰੇ ਲਾ ਲੈਂਦਾ, ਬਿਨਾਂ ਮਤਲਬ ਤੋਂ ਰਾਖੀ ਕਰਨ ਵਾਲਾ ਕੋਈ ਲੱਭਦਾ ਨਹੀਂ, ਮਾਵਾਂ ਕੋਈ ਪੁੱਤ ਦੀ ਸ਼ੈ ਠੱਕਦਾ ਨਹੀਂ, ਬਹੁਤ ਯਾਦ ਆਤੇ ਹੈ ਮਾਂ, ਬਹੁਤ ਯਾਦ ਆਤੇ ਹੈ ਮਾਂ, ਮੈਂ ਹੂੰ ਕੌਣ ਮੁਝਕੋ ਬਤਾਇਆ ਥਾ ਮਾਂ ਨੇ, ਮੁਝੇ ਪਹਿਲਾ ਕਲਮਾ ਸਿਖਾਇਆ ਥਾ ਮਾਂ ਨੇ, ਵੋ ਚਾਹਤੇ ਤੇ ਮੈਂ ਕੁਛ ਨਾ ਕੁਛ ਬਣ ਕੇ ਆਉਂ, ਰੱਬ ਸੇ ਮਿਲਾਤੇ ਹੈ ਮਾਂ, ਬਹੁਤ ਯਾਦ ਆਤੇ ਹੈ ਮਾਂ, ਵੋ ਜਿੱਦਣ ਬੇਬੀ ਬੱਚੇ ਲੈਦਾ ਰੋਟੀ ਖਾਣ ਤੇ ਮਾਂ ਨੂੰ ਇੱਕ ਬੋਟੀ ਤੇ ਇੱਕ ਰੋਟੀ ਤੇ ਕਾਲੂ ਲੈਦਾ ਦੇਣ, ਉਦਣ ਕਹਿਣਾ ਹੈ ਮਾਂ ਨੂੰ ਬਾਜ਼ੂ ਤੋਂ ਫੜ ਕੇ ਨਾਲ ਬਿਠਾ ਕੇ, ਵੋ ਆਪਣੇ ਹੱਥੋਂ ਖਿਲਾਤੀ ਥੀ ਮੁਝਕੋ, ਕਭੀ ਮੀਠਾ ਦੁੱਧ ਪਿਲਾਤੀ ਥੀ ਮੁਝਕੋ, ਕਭੀ ਲੋਰੀਆਂ ਵੀ ਸੁਣਾਤੀ ਥੀ ਮੁਝਕੋ, ਥਪਕ ਕਰ ਸੁਲਾਤੀ ਹੈ ਮਾਂ, ਬਹੁਤ ਯਾਦ ਆਤੇ ਹੈ ਮਾਂ, ਬਹੁਤ ਯਾਦ ਆਤੇ ਹੈ ਮਾਂ, ਇਬਰਾਹੀਮ
ਨਬੀ ਛੱਡ ਕੇ ਚਲੇ ਗਏ। ਹਮਾਜਰਾ ਨੇ ਸੱਤ ਚੱਕਰ ਲਾਏ, ਫਰਿਸ਼ਤਾ ਅਸਮਾਨ ਤੇ ਆਇਆ, ਅੱਲਾ ਨੇ ਕਿਹਾ ਜਬਰੀਲ ਜਾ, ਬੁਖਾਰੀ ਚ ਲਿਖਿਆ ਹੈ ਹਾਜਰਾ ਹਾਜਰਾ ਹਾਜਰਾ, ਤੇ ਨਵਾਜ਼ਾਂ ਵੱਜੀਆਂ। ਜਿਹੜੇ ਬੀਬੀ ਪਾਕ ਨੇ ਸ਼ੋਰ ਸੁਣਿਆ ਕਿ ਜੰਗਲ ਵੇਲਾ, ਕੋਈ ਮੇਰੇ ਪੁੱਤਰ ਨੂੰ ਸ਼ਹਿ ਲੈ ਹੀ ਨਾ ਜਾਏ, ਵਾਸ ਕਿਹਦੀ ਹੈ। ਅੰਮਾ ਨੂੰ ਸਾਰੀਆਂ ਸ਼ਾਵਾਂ ਭੁੱਲ ਗਈਆਂ ਤੇ ਪੁੱਤਰ ਦੀ ਪੈ ਗਈ। ਮਾਂ ਦੌੜੀ ਦੌੜੀ ਆਈ, ਜਿਹੜੇ ਅੱਗੇ ਵੇਖਿਆ ਨਾ ਤੇ ਇਸਮਾਇਲ ਦੇ ਪੈਰਾਂ ਲਾਗੋਂ ਨਾ ਪਾਣੀ ਦਾ ਚਸ਼ਮਾ ਪਿਆ ਨਿਕਲੇ। ਮਾਂ ਹੈਰਾਨ ਹੋ ਗਈ, ਪਾਣੀ ਇੰਨਾ ਤੇਜ਼ ਕਿੱਥੋਂ ਨਿਕਲਦਾ ਹੁੰਦਾ। ਹੁਣ ਪਿਆਸ ਵੀ ਭੁੱਲ ਗਈ, ਭੁੱਖ ਵੀ ਭੁੱਲ ਗਈ, ਤੇ ਪੁੱਤਰ ਦੀ ਪੈ ਗਈ, ਪਾਣੀ ਕਿਤੇ ਰੋੜ ਕੇ ਨਾ ਲੈ ਜਾ। ਓਏ ਇਹਨੂੰ ਮਾਂ ਕਹਿੰਦੇ ਚੱਲਿਆ ਤੂੰ ਆਨਾ, ਮੈਂ ਮਰ ਜਾਊਂਗਾ, ਚੂਹੇ ਮਰ ਗਲੀ ਖਾ ਲੂੰਗਾ, ਮੈਂ ਕੁ ਛੋੜੂੰਗਾ, ਇਸ ਪੇ ਚਮੜੀ ਵਾਲੀ ਲੈ ਕੇ ਆਊਂਗਾ ਮੇਮ, ਜਿਹੜੀ ਪਹਿਲੀ ਰਾਤ ਆਉਂਦੀ ਜਾਨੂ, ਮੁਝਸੇ ਕਾਮ ਨਹੀਂ ਹੋਤਾ। ਸਵੇਰੇ ਉੱਠ ਕੇ ਵੀ ਆਉਂਦੀ, ਮਾਮਾ ਮੇਰੀ ਬੇਗਮ ਸੇ ਕਾਮ ਨਹੀਂ ਹੋਤਾ, ਤੂੰ ਬੀਮਾ ਕਰਾ ਕੇ ਮਰ ਜਾਏ ਸ਼ੀਸ਼ੇ 'ਚ ਲਾਉਣੀ ਹੈ। ਸੱਚੀ ਗੱਲ, ਮਾਂ ਨੂੰ ਸਭ ਕੁਛ ਭੁੱਲ ਗਿਆ। ਹੱਥ ਖੜੇ ਕਰਕੇ ਬੋਲੋ, ਪਾਣੀ ਤੇਜ਼ ਵੇਖ ਕੇ ਮਾਂ ਨੂੰ ਸਭ ਕੁਛ ਭੁੱਲ ਗਿਆ, ਕਿਤੇ ਪੁੱਤਰ ਨੂੰ ਪਾਣੀ ਰੋੜ ਕੇ ਲੈ ਜਾਏ। ਜਿਹੜੇ ਬੀਬੀ ਪਾਕ ਨੇ ਵੇਖਿਆ ਪਾਣੀ ਬੇਕਾਬੂ ਆ ਰਿਹਾ, ਮਾਂ ਨੇ ਕੰਕਰੀਆਂ ਇਕੱਠੀਆਂ ਕੀਤੀਆਂ, ਤੇ ਜਿਹੜੇ ਵੇਲੇ ਕਾਰਾ ਵੀ ਕੋਈ ਨਹੀਂ, ਸੀਮਟ ਵੀ ਕੋਈ ਨਹੀਂ, ਹਮਾਜਰਾ ਨੇ ਜਿਹੜੇ ਵੇਲੇ ਪੱਥਰ ਇਕੱਠੇ ਕੀਤੇ ਤੇ ਚਫੇਰੇ ਪਾਣੀ ਦੇ ਲੈ ਕੇ ਆਉਂਦੀ ਆ ਯਾ ਮਾਊ, ਪਾਣੀਆਂ ਖੈਰ ਮੌਲਾ ਤੇਰੀ ਹੁਕਮ ਮੰਨ ਕੇ ਚੱਲਿਆ ਏ। ਹਾਜਰਾ ਕਹਿੰਦੀ ਹੈ ਰੁਕ ਜਾ, ਅੱਲਾ ਕਰੀਮ ਨੇ ਫਰਮਾਇਆ ਓਏ ਪਾਣੀਆਂ ਜਿਹੜਾ ਮੇਰੀ ਮੰਨ ਕੇ ਬੈਠੀ ਏ, ਕਦੀ ਕਦੀ ਉਹਦੀਆਂ ਵੀ ਮੰਨਣੀਆਂ ਪੈਂਦੀਆਂ। ਜਿੱਥੇ ਹਾਜਰਾ ਕਹਿੰਦੀ ਉੱਥੇ ਹੀ ਰੁਕ ਜਾ। ਕੈਂਕਰੀਆਂ ਲਾਈਆਂ ਮਾਈ ਨੇ, ਜ਼ਮ ਜ਼ਮ ਕਿਹਾ, ਅੱਲਾ ਨੇ ਕਹਿ ਲਿਆ ਕਿਆਮਤ ਤੱਕ ਲੋਕੀ ਜ਼ਮ ਜ਼ਮ ਹੀ ਕਹਿਣਗੇ। ਤੂੰ ਕਿਹਾ ਜ਼ਮ ਜ਼ਮ ਰੁਕ ਜਾ, ਅੱਲਾ ਨੇ ਕਹਿ ਲਿਆ ਕਿਆਮਤ। ਹੁਣ ਕਿਆਮਤ ਤੱਕ ਲੋਕੀ ਆਉਂਦੇ ਨੇ, ਜੀ ਕਰਦਾ ਏ ਜ਼ਮ ਜ਼ਮ ਪੀਣੇ ਨੂੰ, ਜਿਹਨਾਂ ਦਾ ਪੀਣ ਨੂੰ ਜੀ ਕਰਦਾ ਹੱਥ ਖੜੇ ਕਰੋ। ਕਿਹੜੇ ਕਿਹੜੇ ਸੋਹਣੇ ਬੱਚੇ ਮਾਵਾਂ ਦੇ ਜਵਾਨ ਨਸ਼ੇ ਤੇ ਲੱਗ ਗਏ, ਲੱਗੇ ਨੇ ਕਿ ਨਹੀਂ ਲੱਗੇ। ਇੱਕ ਨੰਬਰਦਾਰ ਸੀ, ਉਹ ਹੁੱਕਾ ਪੀਂਦਾ ਸੀ, ਉਹਦੇ ਡੇਰੇ ਤਿਉਹਾਰ ਵੇਲੇ ਹੁੱਕਾ ਚੱਲਦਾ ਸੀ। ਮੌਲਵੀ ਸਾਖ ਅੱਲਾ ਬਖਸ਼ੇ, ਆਠੀਂਗ ਮੋੜ ਦੇ ਵਿੱਚ ਸਪੀਕਰੀ ਵਾਲਾ ਬਾਬਾ ਸਾਖ ਹੁੰਦਾ ਸੀ, ਅੱਲਾ ਦੀ ਕਬਰ ਜੰਨਤ ਦਾ ਬਾਗ ਬਣਾਏ, ਕਵੇ ਯਾਰ ਆਮੀਨ ਕਬਰ। ਬੜਾ ਨੇਕ ਬੰਦਾ ਸੀ, ਫੌਜੀ ਸਾਹਿਬ ਤੁਸੀਂ ਜਾਣਦੇ, ਮੌਲਵੀ ਸ਼ਰੀਫ ਇਲਾਹਾਬਾਦੀ ਦੇ ਨਾਲ ਹੁੰਦੇ ਸੀ। ਉਹ ਬਾਬਾ ਸਾਖ ਪਤਾ ਕਿੱਡਾ ਨੇਕ ਸੀ, ਮੌਲੀ ਸ਼ਰੀਫ ਸਾਹਿਬ ਅੱਲਾ ਉਹਨਾਂ ਦੀ ਕਬਰ ਜੰਨਤ ਦਾ ਬਾਗ ਬਣਾਏ। ਕਹਿੰਦੇ ਮੈਨੂੰ ਰਾਤ ਖਾਬ ਆਇਆ, ਮੈਨੂੰ ਅੱਲਾ ਨੇ ਕਿਹਾ ਮੌਲੀ ਸ਼ਰੀਫ ਮੈਂ ਸਾਖ ਦੀ ਇੱਜ਼ਤ ਕਰਦਾ ਹੀ, ਤੂੰ ਵੀ ਸਾਖ ਦੀ ਇੱਜ਼ਤ ਕਰਿਆ ਕਰ। ਮੌਲੀ ਸ਼ਰੀਫ ਸਾਹਿਬ ਕਹਿੰਦੇ ਨੇ ਮੈਂ ਹਮੇਸ਼ਾ ਹੀ ਮੌਲੀ ਸਾਖ ਨੂੰ ਅਗਲੀ ਸੀਟ 'ਤੇ ਬਿਠਾਇਆ, ਮੈਂ ਪਿੱਛੇ ਬਹਿਣਾ ਸੀ ਉਸ ਖਾਬ ਤੋਂ ਬਾਅਦ। ਉਹ ਬੰਦੇ ਦੀ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ ਹੈ, ਉਹ ਥੱਕੇ ਤਾਂ ਨਹੀਂ ਜੇ, ਆ ਚੱਲ ਤੁਹਾਡਾ ਨਸ਼ਾ ਤਾਂ ਉਤਰਿਆ ਨਾ ਮਾਸ਼ਾਅੱਲਾ। ਅੱਛਾ, ਉਹ ਮੌਲਵੀ ਸਾਖ ਜਾਵੇ ਪਿਆ ਤੇ ਪਿੰਡ ਦੇ ਨੰਬਰਦਾਰ ਦੇ ਕੋਲ ਹੁੱਕਾ ਪਿਆ ਚੱਲੇ, ਉਹਦੀ ਹਵੇਲੀ 'ਚ ਜਾ ਕੇ ਆਉਂਦਾ ਨੰਬਰਦਾਰਾ, ਸਾਡੇ ਮੌਲਵੀ ਤਾਂ ਸਪੀਕਰ ਦੀਆਂ ਤੂਤੀਆਂ 'ਤੇ ਤਬਲੀਗ ਕਰਦੇ ਨੇ ਨਾ,
ਤੋ ਬਾਬਾ ਸਾਕ ਲੋਕਾਂ ਦੇ ਡੇਰਿਆਂ ਤੇ ਸ਼ੌਂਕਾਂ 'ਚ ਖਲੋ ਕੇ ਤਬਲੀਗ ਕਰਦਾ ਸੀ। ਉਹ ਜਾ ਕੇ ਆਉਂਦਾ ਹੈ ਨੰਬਰਦਾਰਾ, ਹੁੱਕਾ ਵਾਹਵਾ ਲੋਕਾਂ ਨੂੰ ਪਿਆਉਣਾ ਹੈ ਪਰ ਇਹਦਾ ਸਵਾਬ ਨਹੀਂ ਲੱਭਣਾ। ਇਹ ਨਹੀਂ ਕਿਹਾ ਵੀ ਪਿਆਉਣਾ ਜਾਇਜ਼ ਨਹੀਂ, ਇਹ ਗੱਲ ਕਰਨ ਦਾ ਤਰੀਕਾ ਕੈਸਾ ਹੈ। ਆਂਦਾ ਨੰਬਰਦਾਰਾ, ਜੇ ਕਦੀ ਲੋਕਾਂ ਨੂੰ ਚਾਹ ਪਿਆਵੇਂ ਨਾ ਤੈਨੂੰ ਸਵਾਬ ਵੀ ਲੱਭੇ। ਲੈ ਉਹ ਦਿਨ ਜਾਏ ਤੇ ਅੱਜਦਾ ਹੈ, ਉਹ ਨੰਬਰਦਾਰ ਆਂਦਾ ਮੇਰੀ ਅੱਲਾਂ ਨੇ ਉਹ ਖਾਣੇ 'ਚ ਗੱਲ ਪਾਤੀ, ਮੈਂ ਹੁੱਕਾ ਬੰਦ ਕਰਤਾ, ਸਾਰਾ ਪੁੱਤਰਾਂ ਨੂੰ ਕਹਿਤਾ ਮੇਰੇ ਡੇਰੇ ਤੋਂ ਕੋਈ ਚਾਹ ਤੋਂ ਬਿਨਾਂ ਪਾਣੀ ਤੋਂ ਬਿਨਾਂ ਨਾ ਜਾਏ। ਅੱਜ ਤੱਕ ਉਹਦੇ ਡੇਰੇ 'ਤੇ ਚਾਹ ਹੀ ਚੱਲਦੀ, ਹੁੱਕੇ ਦਾ ਨਿਸ਼ਾਨ ਹੀ ਕੋਈ। ਅਤੇ ਸਾਡੇ ਬਾਬੇ ਇੱਥੇ ਪੁੱਛਦੇ ਫਿਰਦੇ ਨੇ ਜੰਨਤ ਝੁੱਕਾ ਮਿਲੇਗਾ, ਮੈਂ ਕਿਹਾ ਬਿਲਕੁਲ ਮਿਲੇਗਾ। ਮਾਸ਼ਾਅੱਲਾ, ਸੋਨੇ ਦੀ ਟੋਪੀ ਹੋਏਗੀ, ਸੋਨੇ ਦੀ ਚਰਖੀ ਹੋਏਗੀ, ਸੋਨੇ ਦੀ ਸਿਲਾਈ ਹੋਏਗੀ, ਸੋਨੇ ਦਾ ਚਿਮਟਾ ਹੋਏਗਾ। ਹਾਂ, ਬੱਲੇ ਆਂਦਾ ਮੌਲਵੀ ਹੋਵੇ ਤੇ ਨਾਸਰ ਮਦਨੀ ਵਰਗਾ ਜਿਹੜਾ ਜੰਨਤ 'ਚ ਹੁੱਕੇ ਵੀ ਦਿੱਤੀ ਜਾ ਰਹੇ। ਮੈਂ ਕਿਹਾ ਬਿਲਕੁਲ ਹੁੱਕਾ ਮਿਲੇਗਾ ਔਰ ਜੰਨਤ 'ਚ ਜ਼ਰੂਰ ਮਿਲੇਗਾ, ਜਿਹੜਾ ਮੌਲਵੀਆਂ ਦਾ ਨਹੀਂ ਮਿਲਿਆ ਝੂਠਾ ਹੈ। ਮੈਂ ਫਤਵਾ ਦੇਣਾ ਹੈ ਬਾਬਾ ਜੀ, ਜੰਨਤ 'ਚ ਹੁੱਕਾ ਤੈਨੂੰ ਮਿਲੂ, ਜ਼ਰੂਰ ਮਿਲੂ। ਕਹਿੰਦਾ ਮੌਲਵੀ ਹੋਵੇ ਤੇ ਤੇਰੇ ਵਰਗਾ ਹੋਵੇ, ਲਿਆ ਮੁੰਡਿਆ ਕੁਛ ਹੈ ਲਿਆ ਨਾਸਰ ਮਦਨੀ ਨੂੰ ਖਵਾ, ਇਹਨੇ ਤੇ ਮੇਰਾ ਮਸਲਾ ਹੀ ਹੱਲ ਕਰ ਦਿੱਤਾ। ਮੈਨੂੰ ਜਿਹੜਾ ਮੌਲਵੀ ਆਉਂਦਾ ਡਰਾਉਂਦਾ, ਹੁੱਕਾ ਨਾ ਪੀਆ ਕਰ, ਆ ਵੇਖ ਮੌਲਵੀ ਆਉਂਦਾ, ਜੰਨਤ 'ਚ ਵੀ ਹੁੱਕਾ ਮਿਲੂ। ਮੈਂ ਤਾਇਆ ਜ਼ਰੂਰ ਮਿਲੇਗਾ, ਬੇਸ਼ੱਕ ਮਿਲੇਗਾ, ਇਹ 'ਚ ਸ਼ੱਕ ਹੀ ਕੋਈ ਨਹੀਂ, ਕਸਮ ਲੈ ਲਾ ਰੱਬ ਦੀ ਸਹੁੰ ਜੰਨਤ 'ਚ ਹੁੱਕਾ ਮਿਲੇਗਾ। ਮੈਂ ਕਿਹਾ ਤਾਇਆ ਮਿਲੇਗਾ ਵੀ ਸੋਨੇ ਦਾ, ਅੱਗ ਤੈਨੂੰ ਦੋਜਕ 'ਚੋਂ ਲਿਆਉਣੀ ਪੈਣੀ। ਆਂਦਾ ਉਹ ਤੇ ਨਹੀਂ ਮੈਂ ਜਾਣਾ। ਮੈਂ ਕਿਹਾ ਫਿਰ ਮੈਨੂੰ ਤੁਹਾਨੂੰ ਕੋਈ ਨਹੀਂ ਗੱਲ, ਹੁਣ ਤੇਰੀ ਮਰਜ਼ੀ, ਤੂੰ ਦੋ ਜਗ ਜਾਣਾ ਕਿ ਨਹੀਂ, ਮੈਂ ਤਾਂ ਤੈਨੂੰ ਹੁੱਕਾ ਲੈ ਦਿੱਤਾ। ਉਹ ਬੋਲੋ, ਜੰਨੇ ਜਿਹੜੀ ਸ਼ੈ ਮੰਗੋ ਮਿਲੇਗੀ ਕਿ ਨਹੀਂ ਮਿਲੇਗੀ? ਉੱਚੀ ਬੋਲੋ। ਪਰ ਅੱਗ ਤਾਂ ਨਹੀਂ ਨਾ ਜੋ ਦੋ ਜੰਨੇ 'ਚ ਲੱਭਣੀ, ਅੱਗ ਕਿੱਥੋਂ ਲਿਆਉਣੀ? ਉੱਚੀ ਬੋਲੋ, ਹੁਣ ਨਾ ਲੈਣਾ ਕਿਸੇ ਹੁੱਕੇ ਦਾ। ਵਿੱਚ ਜੰਨਤਾਂ ਦੇ ਅਜਬ ਨਜ਼ਾਰੇ ਹੋਣਗੇ, ਬੈਠੇ ਜੰਨਤੀਏ ਪਲੰਗਾਂ ਤੇ ਸਾਰੇ ਹੋਣਗੇ, ਉਹ ਸੋਨੇ ਦੀਆਂ ਤਾਰਾਂ ਨਾਲ ਸ਼ੰਗਾਰੇ ਹੋਣਗੇ, ਜਦੋਂ ਬੈਠਾਂਗੇ ਤੇ ਵਾਜਦ ਲਸ਼ਕਾਰੇ ਹੋਣਗੇ, ਉਹਨਾਂ ਖਾਣਿਆਂ ਦੇ ਜ਼ੈਕੇ ਵੀ ਨਿਆਰੇ ਹੋਣਗੇ, ਉਹ ਮਿਲੇਗਾ ਜੋ ਸੋਚਾਂ ਦੇ ਇਸ਼ਾਰੇ ਹੋਣਗੇ। ਬੁੱਢਾ ਕੋਈ ਵੀ ਨਹੀਂ ਜੰਨਤ ਵਿੱਚ ਜਾ ਸਕੇਗਾ, ਬਾਬਾ ਕੋਈ ਵੀ ਨਹੀਂ ਜੰਨਤ ਵਿੱਚ ਜਾ ਸਕੇਗਾ। ਵਿੱਚ ਬਾਬੇ ਬੈਠੇ ਉਹਨਾਂ ਕੰਨ ਖਲੇ ਕਰ ਲਏ ਨੇ, ਮੌਲਵੀ ਕਿਹੜੇ ਪਾਸੇ ਤੁਰ ਪਿਆ ਵੇ। ਅੱਲਾ ਉਮਰ 'ਚ ਬਰਕਤ ਫਰਮਾਏ ਮੇਰਾ ਚੰਨ, ਹਯਾਤੀਆਂ ਮਾਣੇ, ਗੱਲ ਬੜੀ ਵੱਡੀ ਕਰਨਾ ਚਾਹੇ। ਬਾਬਾ ਕੋਈ ਵੀ ਨਹੀਂ ਜੰਨਤ ਵਿੱਚ ਜਾ ਸਕੇਗਾ, 33 ਸਾਲਾਂ ਦੇ ਸਾਰੇ ਹੀ ਕੁਆਰੇ ਹੋਣਗੇ। ਉੱਥੇ ਬਾਬੇ ਵੀ ਕੁਆਰੇ ਹੋਣੇ ਨੇ ਤੇ ਮੁੰਡੇ ਵੀ ਕੁਆਰੇ ਹੋਣੇ। ਹੱਥ ਖੜੇ ਕਰਕੇ ਕਹੋ ਸੁਭਾਨ ਅੱਲਾ। ਅੱਲਾ ਜਿੰਨਾ ਸੁਭਾਨ ਲੱਕਿਆ ਹੈ ਇਹਨਾਂ ਨੂੰ ਜਨਤਾ ਦਾ ਵਾਰਸ ਬਣਾ ਦੇ। ਅੱਲਾ ਹੂਰਾਂ ਦਾ ਖਾਮਦ ਬਣਾ ਦੇ। ਅੱਜ ਤੁਸੀਂ ਮਸੀਤ ਬਣਾ ਰਹੇ ਨਾ, ਇਹ ਹੂਰਾਂ ਦਾ ਹੱਕ ਮਹਿਰ ਹੈ। ਅੜਾ ਦਰਸ ਬਣਾ ਰਹੇ ਜੀ ਮਸਜਿਦ, ਇਹ ਹੱਕ ਮਹਿਰ ਹੈ ਹੂਰਾਂ ਦਾ। ਅੱਲਾ ਦੇ ਨਬੀ ਨੇ ਫਰਮਾਇਆ ਇਹ ਦੀਨ ਤੇ ਖਰਚ ਕਰਨਾ, ਇਹ ਹੱਕ ਮਹਿਰ ਤੁਸੀਂ ਮੈਨੂੰ ਦੇ ਦਿਓ, ਮੈਂ ਤੁਹਾਨੂੰ ਹੂਰਾਂ ਦੀ ਸਰਦਾਰੀ ਅਲਾਟ ਕਰ ਦਿੰਦਾ। ਆਹ ਮਸਜਿਦ ਕੋਈ ਆਮ ਤੇ ਨਹੀਂ ਬਣ ਰਹੀ, ਇਹ ਤੁਹਾਡੇ ਲਈ ਹੂਰਾਂ ਦਾ ਹੱਕ ਮਹਿਰ, ਜੰਨਤ ਦਾ ਟਿਕਟ ਹੈ।
ਪੁੱਤਰ ਆਪਣੇ ਅੱਗੇ ਕੋ ਹੋਰ ਲਿਆ। ਮਾਸ਼ਾ ਅੱਲਾ ਬਰਕਤ ਪਾਏ। ਇਹ ਪਿਆਰ ਕਰਦੇ ਨੇ ਬੱਚੇ, ਮੁਹੱਬਤ ਕਰਨਾ। ਮੈਂ ਨਾ ਜਿੱਥੇ ਲਿਆ ਕੇ ਗੱਲ ਸਮਝਾਉਣਾ ਚਾਹੁੰਦਾ ਏ, ਅੰਮਾ ਨੇ ਪਾਣੀ ਰੋਕਿਆ, ਹੁਣ ਨਾਲ ਪੜੋਗੇ ਤੇ ਸ਼ੇਰ ਸੁਣਾਉਣਾ ਏ। ਲੈ ਵੀ ਜ਼ਮਜ਼ਮ ਤੋਂ ਗੱਲ ਚੱਲੀ ਸੀ ਨਾ ਪੀਣ ਤੋਂ, ਇੱਥੋਂ ਆ ਗਈ ਗੱਲ। ਲੈ ਦੁਬਾਰਾ, ਜੀ ਕਰਦਾ ਏ ਜ਼ਮਜ਼ਮ ਪੀਣੇ ਨੂੰ, ਪੜੋ, ਜੀ ਕਰਦਾ ਏ ਜ਼ਮਜ਼ਮ। ਆ ਪੀਣੇ ਦਾ ਲਫ਼ਜ਼ ਤੁਹਾਨੂੰ ਆਉਂਦਾ ਹੀ ਹੈ, ਕੋਈ ਚਰਸ ਪੀਂਦਾ ਹੈ, ਕੋਈ ਫੀਮ ਖਾਂਦਾ ਹੈ, ਕੋਈ ਸਿਗਰਟ ਪੀਂਦਾ ਹੈ, ਕੋਈ ਪਾਣੀ ਪੀਂਦਾ ਹੈ, ਕੋਈ ਲੱਸੀ ਪੀਂਦਾ, ਕੋਈ ਦੁੱਧ ਪੀਂਦਾ। ਓਏ ਇਹ ਤੇ ਗੱਲ ਕਹਿ ਲਓ ਸਾਰੇ ਮਿਲ ਕੇ, ਸਾਰੇ ਮਿਲ ਕੇ ਪੜੋਗੇ ਸਰੂਰ। ਜੀ ਕਰਦਾ ਹੈ ਜ਼ਮ ਜ਼ਮ ਪੀਣੇ, ਅੱਲਾ ਜਿੰਨੇ ਬੋਲਣ ਦੁਬਾਰਾ ਦੁਬਾਰਾ ਬੁਲਾਓ। ਜੀ ਕਰਦਾ ਹੈ ਜ਼ਮ ਜ਼ਮ, ਅੱਲਾ ਜਿਨ੍ਹਾਂ ਦਾ ਜ਼ਮ ਜ਼ਮ ਪੀਣ ਨੂੰ ਦਿਲ ਕਰਦਾ ਹੈ ਉਹਨਾਂ ਦੀ ਆਵਾਜ਼ ਨੋਟ ਕਰ ਲਾਓ, ਹੁਣ ਮੈਂ ਵੇਖਣਾ ਕਿਹਦਾ ਕਿਹਦਾ ਕਰਦਾ ਹੈ। ਜੀ ਕਰਦਾ ਹੈ ਜ਼ਮ ਜ਼ਮ ਪੀਣੇ ਨੂੰ, ਰੱਬ ਲੈ ਚੱਲ ਮੱਕੇ ਮਦੀਨੇ ਨੂੰ, ਤੇਰਾ ਮੱਕਾ ਸ਼ਹਿਰ ਨਿਰਾਲਾ ਹੈ, ਜਿੱਥੇ ਜਮਿਆ ਕਮਲੀ ਵਾਲਾ ਹੈ। ਬੋਲੋ, ਜਿੱਥੇ ਜਮਿਆ ਕਮਲੀ ਵਾਲਾ ਹੈ। ਜੁਮਲਾ ਬੜਾ ਈਮਾਨ ਵਾਲਾ ਹੈ, ਮੇਰੇ ਮਦਨੀ ਕਰੀਮ ਆਕਾ ਨੂੰ ਮਾਨਣ ਵਾਲੋ, ਨਬੀਆਂ ਦੇ ਸਰਦਾਰ ਦਾ ਕਲਮਾ ਪੜਨ ਵਾਲਿਓ, ਸੁਣਿਆ ਜਿਹੜਾ ਧਿਆਨ ਦੇ ਨਾਲ, ਅੰਮਾ ਹਾਜ਼ਰਾਂ ਨੇ ਪਾਣੀ ਰੋਕ ਲਿਆ ਵੇ, ਹੁਣ ਚਾਹੀਦਾ ਸੀ ਬੀਬੀ ਪਾਣੀ ਆਪ ਪੀਂਦੀ, ਥੱਕੀ ਵੀ ਬੜੀ ਸੀ, ਮੈਂ ਸਫਾ ਮਰਵਾ ਕਰਕੇ ਆਇਆ ਏ, ਉੱਥੇ ਪਾਣੀ ਪੀਣ ਨੂੰ ਦਿਲ ਕਰਦਾ, ਪਿਆਸ ਲੱਗ ਜਾਂਦੀ ਏ, ਪਰ ਬੀਬੀ ਨੇ ਪਾਣੀ ਆਪ ਨਹੀਂ ਪੀਤਾ, ਲੱਪ ਪਾਣੀ ਦਾ ਭਰਿਆ ਹੈ ਤੇ ਬੱਚੇ ਦੇ ਮੂੰਹ ਨੂੰ ਲਾ ਦਿੱਤਾ। ਤੈਨੂੰ ਮੈਨੂੰ ਪੈਗਾਮ ਏ, ਫਾਲਸਾ ਲੈ ਕੇ ਆਵੇ ਪਹਿਲੇ ਮਾਪਿਆਂ ਨੂੰ ਖਵਾਇਆ ਕਰ, ਰੋਟੀ ਲੈ ਕੇ ਆਵੇ ਪਹਿਲੇ ਮਾਪਿਆਂ ਨੂੰ ਖਵਾਇਆ ਕਰ, ਸ਼ਰਬਤ ਲੈ ਕੇ ਆਵੇ ਪਹਿਲੇ ਮਾਪਿਆਂ ਨੂੰ ਪਿਆਇਆ ਕਰ, ਬੋਤਲ ਲੈ ਕੇ ਆਵੇ ਪਹਿਲੇ ਮਾਪਿਆਂ ਨੂੰ ਪਿਆਇਆ ਕਰ। ਯਾਨੀ ਮਾਂ ਹਾਜ਼ਰਾਂ ਨੇ ਦੱਸਿਆ ਏ ਕਿ ਮੈਨੂੰ ਵੀ ਪਿਆਸ ਲੱਗੀ ਏ, ਦੌੜੀ ਵੀ ਏ, ਪਿਆਸ ਵੀ ਲੱਗੀ ਏ, ਪਹਾੜਾਂ ਤੇ ਦੌੜ ਕੇ ਸ਼ਹਿ ਲੱਭੀ ਏ, ਪੁੱਤਰ ਨੂੰ ਪਹਿਲਾਂ ਨਹੀਂ ਪਿਆਉਂਦੀ ਆਪ ਪਿਆਉਂਦੀ ਏ, ਮਾਂ ਨੇ ਆਪ ਨਹੀਂ ਪੀਤਾ ਪਹਿਲੇ ਪੁੱਤਰ ਨੂੰ ਪਿਆਇਆ ਏ। ਨਾਲ ਸੁਣਿਆ ਜਦਰਾ ਧਿਆਨ ਦੇ ਨਾਲ, ਅੱਲਾਹੁ ਅਕਬਰ, ਅੱਲਾਹੁ, ਅੱਲਾ ਦਾ ਘਰ ਆਬਾਦ ਹੋ ਗਿਆ। ਉੱਤੇ ਪਰਿੰਦੇ ਉੱਡਣ ਲੱਗ ਪਏ, ਬਨੂ ਜਰਮ ਕਬੀਲਾ ਗੁਜ਼ਰਿਆ, ਆਂਦੇ ਨੇ ਇੱਥੇ ਲੱਗਦਾ ਜਿਹੜਾ ਪਰਿੰਦੇ ਉੱਡਦੇ ਪਏ ਨੇ ਇੱਥੇ ਪਾਣੀ ਮੌਜੂਦ ਏ, ਚਲੋ ਜ਼ਰਾ ਵੇਖੀਏ। ਵੇਖਿਆ ਕਿ ਪਾਣੀ ਦਾ ਚਸ਼ਮਾ ਏ, ਉਹਨੂੰ ਨਾਬੇ ਵਾਲਾ ਜ਼ਮਜ਼ਮ ਦਾ ਕੂਆਂ ਕਹਿੰਦੇ ਨੇ। ਹਾਜ਼ਰਾ ਪਾਕ ਨੂੰ ਆਂਦੇ ਨੇ, ਅੰਮਾ ਜੇ ਇਜਾਜ਼ਤ ਹੋਵੇ ਤਾਂ ਅਸੀਂ ਪਾਣੀ ਪੀ ਲਈਏ, ਮਾਂ ਦੀ ਜਮ ਜਮ ਪੀਓ, ਪਰ ਪਾਣੀ 'ਤੇ ਕਬਜ਼ਾ ਮੇਰਾ ਹੀ ਰਹੇਗਾ। ਬਣਾ ਜੀ ਮਾਂ ਮੰਨ ਗਈ, ਬੰਦੇ ਮੰਨ ਗਏ, ਪਾਣੀ ਪੀ ਕੇ ਬਹਿ ਗਏ। ਅੰਮਾ ਜੇ ਖਵੇਂ ਤੇ ਇੱਥੇ ਡੇਰਾ ਲਾ ਲਈਏ, ਆਂਦੀ ਮੰਮੀ ਚਾਹੁੰਦੀ ਅੱਲਾ ਦਾ ਘਰ ਆਬਾਦ ਹੋ ਜਾਏ, ਬਸਤੀ ਬਣ ਜੇ, ਡੇਰਾ ਲੱਗ ਜਾਏ, ਤੇਰੇ ਕੋਲ ਚੰਗਾ ਮਕਾਨ ਬਣੇ, ਜਾਦੂ ਕਰਨਾ ਟੂਣੇ ਕਰਨਾ, ਤੇਰੇ ਪਿੰਡ 'ਚ ਕਿਸੇ ਦੀ ਚੰਗੀ ਫਸਲ ਹੋ ਜਾਏ, ਸੜਨ ਲੱਗ ਪੈਣਾ ਹੈ। ਅੰਮਾ ਹਾਜ਼ਰਾ ਕੋ ਡੇਰਾ ਲੱਗਾ ਹੈ, ਬੀਬੀ ਪਾਕ ਦਾ ਪੁੱਤਰ ਜਵਾਨ ਹੋਣ ਲੱਗ ਪਿਆ, ਨਾਮ ਇਸਮਾਈਲ। ਅੱਲਾ ਪਾਕ ਨੇ ਰਿਸ਼ਤਾ ਵੀ ਘਰ ਬੈਠਿਆਂ ਹੀ ਦੇਤਾ, ਪੁੱਤਰ ਚੰਗੇ ਹੋਣ ਤੇ ਰਿਸ਼ਤਾ ਲੱਭਣਾ ਹੀ ਨਹੀਂ ਪੈਂਦਾ, ਘਰ ਹੀ ਦੇਤਾ। ਇਹਨੂੰ ਕਹਿੰਦੇ ਨੇ ਅੱਲਾ ਦਾ ਘਰ ਆਬਾਦ ਕਰਨਾ। ਬਸਤੀ ਵੀ ਬਣ ਗਈ, ਅੱਲਾ ਦਾ ਘਰ ਵੀ ਬਣ ਗਿਆ। ਅੱਜ ਵਾਅਦਾ ਕਰੋ, ਹੱਥ ਚੁੱਕ ਕੇ ਜ਼ਰਾ, ਅੱਜ ਤੋਂ ਬਾਅਦ ਕਦੀ ਔਰਤ ਨੂੰ ਨਹੀਂ ਕਹਿਣਾ ਕਿ ਤੂੰ ਕੀ ਬਣਾਇਆ, ਅੱਲਾ ਨੇ ਔਰਤ ਦੇ ਜ਼ਰੀਏ ਆਪਣਾ ਘਰ ਆਬਾਦ ਕਰਾਇਆ। ਉੱਚੀ ਕਵੋ ਸੁਭਾਨ ਅੱਲਾ। ਮੈਂ ਖੁਸ਼ ਬੜਾ ਤੁਹਾਡੇ 'ਤੇ, ਤੁਸੀਂ ਐਡਾ ਬਾ ਜ਼ੌਕ ਮਜਮਾ, ਐਡੀ ਤਵੱਜੋ ਨਾਲ ਸੁਣਦੇ ਪੈ ਜੇ।
ਅੱਲਾ ਜਾਣਦਾ ਤੇਰਾ ਕਮਲੀ ਵਾਲੇ ਮਹਬੂਬ ਨੂੰ ਮਾਨਣੇ ਵਾਲੋ, ਮੇਰੇ ਨਬੀ ਕਰੀਮ ਨੂੰ ਮਾਨਣੇ ਵਾਲੋ, ਕੁਦਰਤ ਮਾਲਕ ਦੀ ਇੱਕ ਐਸਾ ਵੀ ਦਿਨ ਆਇਆ ਵੇ, ਹਜ਼ਰਤ ਜੱਦੁਲ ਅੰਬੀਆ ਇਬਰਾਹੀਮ ਆਪਣੇ ਪੁੱਤਰ ਨੂੰ ਚੁੰਮਦੇ ਪੈਣੇ, ਅੱਲਾ ਪਾਕ ਨੇ ਆਸਮਾਨ ਤੋਂ ਟੈਲੀਫੋਨ ਕੀਤਾ, ਸੋਹਣਿਆ ਨਬੀਆ ਜਿਹੜੀ ਸ਼ੈ ਤੈਨੂੰ ਬਹੁਤ ਹੀ ਸੋਹਣੀ ਲੱਗਦੀ, ਮੇਰੇ ਰਸਤੇ ਚ ਜ਼ਿਬਾ ਕਰ ਦੇ। ਹੁਣ ਜਨਾਬ ਇਬਰਾਹੀਮ ਕੀ ਆਉਂਦੇ ਨੇ, ਬੜੇ ਦਰਦ ਵਾਲਾ ਜੁਮਲਾ ਏ, ਕਾਲ ਆਇਆ ਬੁਨਈਆ ਇੰਨੀ ਅਰਾ ਪਿਲ ਮਨਾਮੀ ਅੰਨੀ ਅਜਬਾਹੂ ਕਾ ਮੰਜ਼ੁਰ ਮਾਜ਼ਾ ਤੁਰਾ। ਮੇਰਾ ਲਾਲ, ਮੇਰਾ ਚੰਨ, ਮੇਰਾ ਮੱਖਣ, ਮੇਰੀ ਮਲਾਈ, ਉਹ ਮੇਰਾ ਪੁੱਤਰ, ਮੈਂ ਖਾ ਵੇਖੀਏ, ਗਰਦਨ ਤੇਰੀ ਏ, ਛੁਰੀ ਮੇਰੀ ਏ, ਦੱਸਣ ਵਾਲਾ ਵੀ ਨਬੀ ਏ, ਸੁਣਨ ਵਾਲਾ ਵੀ ਨਬੀ ਏ, ਹੁੰਦਾ ਹਾਂ ਤੇਰੇ ਮੇਰੇ ਵਰਗਾ। ਕਹਿੰਦਾ ਲੈ ਹਲਾਲ ਕਰਨੂੰ ਮੈਂ ਹੀ ਰਹਿ ਗਿਆ, ਤੈਨੂੰ ਪੁੱਠੀਆਂ ਖਾਬਾਂ ਆਉਂਦੀਆਂ ਨੇ, ਬੁੱਢੇ ਵਾਲੇ ਮੈਨੂੰ ਲਾਲ ਕਰਨਾ ਹੀ, ਇੱਥੇ ਪਾਕ ਪਤਨ 'ਚ ਮੁੰਡੇ ਨੇ ਆਪਣੇ ਪਿਓ ਦੇ ਮੂੰਹ 'ਤੇ ਠੁੱਡੇ ਮਾਰੇ ਜੁੱਤੀਆਂ ਦੇ, ਤੁਸੀਂ ਵੀਡੀਓ ਵੇਖੀ ਸੀ, ਪਿਓ ਦੇ ਮੂੰਹ 'ਤੇ ਜੁੱਤੇ ਮਾਰੇ, ਇੰਜ ਦੇ ਨਕੰਮੀ ਔਲਾਦ ਦੁਨੀਆਂ 'ਚ ਤੁਹਾਨੂੰ ਮਿਲੇਗੀ। ਇਬਰਾਹੀਮ ਨਬੀ ਦਾ ਪੁੱਤਰ ਏ, ਅੱਲਾ ਆਂਦੇ ਨੇ ਖਲੀਲ ਪੁੱਤਰ ਨੂੰ ਪੁੱਛ ਲਾਓ, ਬਸ਼ਰ ਨਾ ਹੂੰ ਬੇ ਗੁਲਾਮ ਹਲੀ, ਅੱਲਾ ਦੇ ਕੁਰਾਨ ਨੇ ਕਿਆ ਨਕਸ਼ਾ ਬਣਾਇਆ। ਫਰਮਾਇਆ ਪੁੱਤਰ ਹੀ ਇਸ ਤਰ੍ਹਾਂ ਦਾ ਦਵਾਂਗਾ, ਜੇ ਗਰਦਨ ਤੇ ਛੁਰੀ ਵੀ ਰੱਖੇ ਤੇ ਸੀ ਨਹੀਂ ਕਰੇਗਾ, ਬੁਰਦਬਾਰ ਹਲੀਮ ਪੁੱਤਰ ਦਵਾਂਗਾ। ਅੱਲਾ ਪਾਕ ਨੇ ਕਿਹਾ, ਪੁੱਛ ਲਾ ਨਜ਼ਰਾ ਪੁੱਤਰ ਨੂੰ, ਪੁੱਤਰ ਕੀ ਆਂਦਾ? ਕਾਲ ਆਇਆ ਬਾਤੇ ਪਲ ਮਾਂ ਤੋਂ ਮਰ, ਇਹ ਮੇਰੇ ਅੱਬੂ ਜੀ ਜਿਵੇਂ ਤੂੰ ਰਾਜ਼ੀ ਹੋਵੇ ਮੈਂ ਰਾਜ਼ੀ ਏ, ਸੁਣ ਮੇਰੇ ਆ ਬੱਚਿਆ। ਆਖਰ ਛੁਰੀ ਦਾ ਨਾਮ ਸੁਣ ਕੇ ਇਸਮਾਈਲ ਨੇ ਜੀ ਕਿਉਂ ਕਿਹਾ ਏ? ਲਾਰ ਜੋ ਮੰਨਾ ਕਾ ਵਾਹਜੁਰ ਨੇ ਮਲੀਆ। ਇਬਰਾਹੀਮ ਗਾਂਧੀ ਸਾਹਮਣੇ ਨੇ ਆਪਣੇ ਬਾਪ ਬਹਾਦਰ ਨੂੰ ਕਹਿ ਰਹੇ ਨੇ, ਯਾ ਆਬਤੀ ਲੇ ਮਤਾ ਬੁਦੂ ਮਾਲਾ ਯਸਮਾਉ, ਅੱਬਾ ਜੀ ਅੱਜ ਇਹਨਾਂ ਦੀ ਤੁਸੀਂ ਪੂਜਾ ਕਰਦੇ ਹੋ, ਇਹ ਨਾ ਸੁਣਦੇ ਨੇ ਨਾ ਵੇਖਦੇ ਨੇ, ਨਾ ਪੂਜਾ ਦੇ ਲਾਇਕ ਨੇ, ਨਾ ਨਫੇ ਦੇ ਮਾਲਕ ਨੇ, ਨਾ ਨੁਕਸਾਨ ਦੇ ਮਾਲਕ ਨੇ। ਅੱਲਾਹੁ ਅਕਬਰ ਅੱਲਾਹ, ਨਬੀਆਂ ਦੇ ਸਰਦਾਰ ਦਾ ਕਲਮਾ ਪੜਨ ਵਾਲੇ ਜੇ ਇੱਕ ਇੱਕ ਬਾਤ ਸਮਝਾਉਣ ਵਾਸਤੇ ਆਇਆ ਵੇ, ਅੱਜ ਨਾਸਰ ਮਦਨੀ ਤੇਰੇ ਪਿੰਡ ਦੱਸ ਜਾਏਗਾ, ਤਕਰੀਰ ਕਰਕੇ ਗਿਆ ਵੇ, ਮਸਜਿਦ ਦੇ ਮਦਰਸੇ ਦਾ ਮਰਕਜ਼ ਕਿਵੇਂ ਆਬਾਦ ਹੁੰਦਾ ਏ, ਆ ਸੁਣਿਆ ਜੇ ਕਿੰਨੀਆਂ ਤਕਲੀਫਾਂ ਨਾਲ ਦੀਨੇ ਹਨੀਫ ਆਬਾਦ ਹੋਇਆ ਏ, ਬੈਤੁੱਲਾ ਆਬਾਦ ਹੋਇਆ ਏ, ਮਦੀਨਾ ਕਿੰਨੀਆਂ ਮਿਹਨਤਾਂ ਨਾਲ ਆਬਾਦ ਹੋਇਆ ਏ, ਅੱਜ ਹਾਜੀ ਅੱਜ ਹੀ ਮਦੀਨੇ ਚਣੇ। ਮੇਰੇ ਨਬੀ ਜਦੋਂ ਡੇਰਾ ਲਾਇਆ ਇੱਕ ਨਿੱਕੀ ਜਿਹੀ ਬਸਤੀ ਯਸਰਫ ਦੀ ਸੀ, ਅੱਜ ਮਦੀਨਾ ਮਨਵਰ ਆਏ, ਨਬੀ ਪਾਕ ਦਾ ਸ਼ਹਿਰ ਮਦੀਨਾ ਮਨਵਰ ਆਏ, ਮਨਵਰ ਦਾ ਮਾਨ ਰੋਸ਼ਨੀ, ਮੇਰੇ ਨਬੀ ਨੇ ਮਦੀਨੇ ਨੂੰ ਆ ਕੇ ਮਨਵਰ ਕਰ ਦਿੱਤਾ, ਮੇਰੇ ਨਬੀ ਕਰੀਮ ਨੇ ਕੁਰਾਨ ਦੇ ਨੂਰ ਨਾਲ ਰੋਸ਼ਨ ਕਰ ਦਿੱਤਾ, ਹਦੀਸ ਦੇ ਨੂਰ ਨਾਲ ਰੋਸ਼ਨ ਕਰ ਦਿੱਤਾ। ਅੱਜ ਲਫ਼ਜ਼ ਸੁਣਨਾ ਜ਼ਰਾ ਧਿਆਨ ਦੇ ਨਾਲ, ਅੱਲਾ ਦੀ ਕਸਮ ਮੈਨੂੰ ਅੱਜ ਖੁਦ ਬੜਾ ਸਕੂਨ ਮਿਲ ਰਿਹਾ ਹੈ, ਮੈਂ ਐਡੇ ਤਸਲਸਲ ਨਾਲ ਤਕਰੀਰ ਕਰਦਾ ਪਿਆ ਹੈ, ਹਰ ਗੱਲ ਖੋਲ ਖੋਲ ਕੇ ਸਮਝਾਉਂਦਾ ਪਿਆ ਹੈ, ਨਕਸ਼ਾ ਇੰਝ ਲੱਗਦਾ ਜਿਵੇਂ ਨਾਲ ਨਾਲ ਚੱਲਦੇ ਪਏ ਨੇ, ਬਿਨਾਂ ਜੀ ਸਾਹਮਣੇ ਬੈਠੇ ਨੇ ਇਬਰਾਹੀਮ ਨਬੀ, ਅਤੇ ਬਾਪ ਕੀ ਆਉਂਦਾ ਹੈ ਸੁਣੋ, ਇੱਥੇ ਛੁਰੀ ਏ, ਉੱਥੇ ਪੱਥਰ ਏ, ਲਾਰ ਜੂ ਮੰਨਾ ਕਾ ਵਾਹਜੁਰ ਨੀ ਮਲੀਆਂ ਆਉਂਦੇ ਨੇ।
ਇਬਰਾਹੀਮ ਮੈਂ ਪੱਥਰ ਮਾਰਾਂਗਾ ਸੰਸਾਰ ਕਰਾਂਗਾ ਤੈਨੂੰ ਘਰੋਂ ਕੱਢ ਦੇਵਾਂਗਾ ਇਹ ਤੌਹੀਦ ਦਾ ਲਫ਼ਜ਼ ਹੀ ਐਸਾ ਹੈ ਇਹਦੀ ਵਜ੍ਹਾ ਤੋਂ ਆਪਣੇ ਵੀ ਦੁਸ਼ਮਣ ਬਣ ਜਾਂਦੇ ਨੇ ਬਗਾਨੇ ਵੀ ਦੁਸ਼ਮਣ ਬਣ ਜਾਂਦੇ ਨੇ ਅੱਲਾ ਨੂੰ ਇੱਕ ਕਹਿਣਾ ਕੋਈ ਆਸਾਨ ਕੰਮ ਨਹੀਂ ਅੱਲਾ ਨੂੰ ਮੁਸ਼ਕਲ ਕੁਸ਼ਾ ਮੰਨਣਾ ਕੋਈ ਆਸਾਨ ਕੰਮ ਨਹੀਂ ਅੱਲਾ ਨੂੰ ਗਰੀਬ ਨਵਾਜ਼ ਮੰਨਣਾ ਕੋਈ ਆਸਾਨ ਕੰਮ ਨਹੀਂ ਅੱਲਾ ਦੇ ਮੰਨਣ ਵਾਲੇ ਤੇਰੇ ਦੁਸ਼ਮਣ ਬਣ ਜਾਣਗੇ ਕਿ ਅੱਲਾ ਨੂੰ ਕਿਉਂ ਮੁਸ਼ਕਲ ਕੁਸ਼ਾ ਕਹਿ ਰਿਹਾ ਹੈ ਹੋਰ ਵੀ ਤੇ ਮੁਸ਼ਕਲ ਕੁਸ਼ਾ ਨਹੀਂ ਬਾਬਾ ਜੀ ਇਬਰਾਹੀਮ ਨੇ ਨਾ ਚੋਰੀ ਕੀਤੀ ਨਾ ਠੱਗੀ ਮਾਰੀ ਫੌਜੀ ਸਾਹਿਬ ਨਾ ਮਿਹਣਾ ਦਿੱਤਾ ਨਾ ਗਾਲ ਦਿੱਤੀ ਨਾ ਬਾਪ ਦੇ ਘਰ ਦਾ ਕੋਈ ਮਾਲ ਲੁੱਟਿਆ ਨਾ ਪਿਓ ਦੀ ਜਾਇਦਾਦ ਵਗਾੜੀ ਇੱਕੋ ਗੁਨਾਹ ਮੇਰੇ ਖਲੀਲ ਦਾ ਹੈ ਯਾ ਅਬਤੀ ਲੈ ਮਥਾ ਬਦੂ ਮਾਲਾ ਅਸਮਾਉ ਅੱਬਾ ਜੀ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਜੇ ਇਹ ਬੁੱਤ ਨਾ ਸੁਣਦੇ ਨੇ ਨਾ ਵੇਖਦੇ ਨੇ ਨਾ ਹਾਜਤਾਂ ਪੂਰੀਆਂ ਕਰਦੇ ਨੇ ਨਾ ਖਾਂਦੇ ਨੇ ਨਾ ਪੀਂਦੇ ਨੇ ਤੇ ਬਾਬਾ ਜੀ ਦੀਆਂ ਅੱਖਾਂ ਡੁੱਲ ਪਈਆਂ ਇਬਰਾਹੀਮ ਨਬੀਆਂ ਦੇ ਰਸਵਾ ਲਿਆ ਮੈਂ ਤੇ ਬਾਪ ਨੂੰ ਕਿਹਾ ਵੀ ਕੁਝ ਨਹੀਂ ਮੈਨੂੰ ਘਰੋਂ ਕੱਢ ਦਿੱਤਾ ਜ਼ੂ ਤੇ ਐ ਇਬਰਾਹੀਮ ਆਂਦੇ ਅੱਛਾ ਏ ਬਾਬਾ ਜੀ ਅੱਬਾ ਜੀ ਦੁਆਰੇ ਵਾਸਤੇ ਰਹਿਣ ਭਾਗ ਲੱਗੇ ਰਹਿਣ ਐ ਅੱਬਾ ਜੀ ਮੇਰੇ ਵੱਲੋਂ ਤੁਹਾਨੂੰ ਠੰਡੀਆਂ ਹਵਾਵਾਂ ਆਉਣਗੀਆਂ ਮੈਂ ਕਦੇ ਤੁਹਾਡੇ ਬਦਦੁਆ ਵੀ ਨਹੀਂ ਕਰਾਂਗਾ ਤੇ ਤੁਹਾਡਾ ਬੁਰਾ ਵੀ ਨਹੀਂ ਸੋਚਾਂਗਾ ਅੱਜ ਅੱਲਾ ਨੇ ਮੁੱਲ ਪਾਇਆ ਜੈਸਾ ਕਰੋਗੇ ਵੈਸਾ ਭਰੋਗੇ ਉੱਥੇ ਬਾਪ ਨੇ ਪੱਥਰ ਕਿਹਾ ਇਬਰਾਹੀਮ ਸੀ ਨਹੀਂ ਕੀਤੀ ਇੱਥੇ ਇਬਰਾਹੀਮ ਨੇ ਕਿਹਾ ਉਹਨਾਂ ਜੀ ਪੁੱਤਰ ਕਾਲਾ ਯਾਬ ਨਹੀਂ ਆ ਇੰਨੀ ਅਰਾ ਪਿਲ ਮਨਾਮੀ ਅੰਨੀ ਅਜ਼ਬਾਹੂ ਕਾ ਮੰਜ਼ਰ ਮਾਜ਼ਾ ਇਬਰਾਹੀਮ ਮੈਂ ਤੈਨੂੰ ਚੱਥਰ ਮਾਰਾਂਗਾ ਇੱਥੇ ਪੁੱਤਰ ਛੁਰੀ ਫੇਰੇਗਾ ਤੇ ਪੁੱਤਰ ਕੀ ਆਂਦਾ ਹੈ ਯਾ ਆਬਤੀ ਏ ਮੇਰੇ ਅੱਬਾ ਜੀ ਜਿਵੇਂ ਤੂੰ ਰਾਜ਼ੀ ਉਵੇਂ ਮੈਂ ਰਾਜ਼ੀ ਅੱਲਾ ਦੱਸਣਾ ਚਾਹੁੰਦਾ ਹੈ ਜੇ ਇਬਰਾਹੀਮ ਨੇ ਬਾਪ ਨੂੰ ਸੀ ਨਹੀਂ ਕਿਹਾ ਇਸਮਾਈਲ ਵੀ ਸੀ ਨਹੀਂ ਕਿਹਾ ਤੇ ਸ਼ੇਰ ਕੀ ਹੈ ਲਾਮਾ ਇਕਬਾਲ ਫਰਮਾਉਂਦੇ ਨੇ ਕਿਆ ਪੇਸ਼ ਕਰੂੰ ਤੁਝਕੋ ਜੀ ਸਾਹਿਬ ਪੰਜ ਨਮਾਜ਼ਾਂ ਚਾ ਪੜ੍ਹਨਾ ਤਹੀਆਤੁ ਲਿਲਾਹਿ ਵਸਲਾਵਾਤੁ ਵਤੈਬਾਤ ਇਹ ਹੋਰ ਹੈ ਕੁਲ ਇਨਾ ਸਲਾਤੀ ਵਨੁਸੁਕੀ ਵਮਹਯਾਯਾ ਵਮਮਾਤੀ ਲਿਲਾਹਿ ਰੱਬਿਲ ਆਲਮੀਨ ਇਹ ਪੜ੍ਹਨਾ ਕੁਝ ਹੋਰ ਹੈ ਹਾਂਜੀ ਤੇ ਪੁੱਤਰ ਅੱਗੇ ਛੁਰੀ ਹੇਠ ਰੱਖ ਕੇ ਪੜ੍ਹਨਾ ਕੁਝ ਹੋਰ ਹੀ ਅੱਗੇ ਛੁਰੀ ਥੱਲੇ ਪੁੱਤਰ ਲਟਾਇਆ ਹੈ ਤੇ ਬਾਬਾ ਜੀ ਕਹਿ ਰਹੇ ਤਵੱਜੋ ਬਾਬਾ ਜੀ ਕਹਿ ਰਹੇ ਨੇ ਬੜੀ ਮਿੰਟ ਇੰਨਾ ਤਵੱਜੋ ਮਜਮਾ ਤਵੱਜੋ ਅੱਗੇ ਪੁੱਤਰ ਪੁੱਤਰ ਕੀ ਕਹਿ ਰਿਹਾ ਹੈ ਕਹਿੰਦੇ ਬਾਬਾ ਇਹੋ ਜੇ ਹਜ਼ਾਰ ਇਸਮਾਇਲ ਵੀ ਆਉਣ ਉਹਦੇ ਨਾਮ ਤੋਂ ਵਾਰਦੇ ਵੀ ਪੁੱਤਰ ਲੱਭ ਜਾਂਦੇ ਮੌਲਾ ਦੀ ਮੁਹੱਬਤ ਰੋਜ਼ ਰੋਜ਼ ਨਹੀਂ ਲੱਭਦੀ ਆ ਕਈ ਬੰਦੇ ਆਉਂਦੇ ਹੋਣੇ ਇੱਕ ਸੀਮਟ ਦੀ ਬੋਰੀ ਮਸੀਤ ਦਵੀ ਤੂੰ ਕਿ ਪੰਜ ਕਹਿ ਆ ਇਹ ਤੇ ਪਤਾ ਉਦਣ ਲੱਗਣਾ ਨਾ ਜਿੱਦਣ ਤੈਨੂੰ ਉਹਨਾਂ ਆਖਣਾ ਅੜੀਆਂ ਘਰ 'ਚ 20 ਬੋਰੀਆਂ ਲਾਈਆਂ ਸੀ ਜ਼ਾਇਆ ਗਈਆਂ ਸੀ ਜਿਹੜੀ ਇੱਕ ਬੋਰੀ ਮਸੀਤੇ ਲਾਈ ਸੀ ਅੱਜ ਮੈਂ ਤੇਰਾ ਪਹਾੜ ਬਣਾ ਕੇ ਤੇਰੇ ਸਾਹਮਣੇ ਪੇਸ਼ ਕਰ ਦਿੱਤਾ ਤੂੰ ਆਖਣਾ ਹਾਏ ਅਫਸੋਸ ਯਾ ਲਈ ਤਾਂ ਨਹੀਂ ਕਾਸ਼ ਮੈਂ ਕਿਤੇ ਇੱਕ ਬੋਰੀ ਹੋਰ ਲਾ ਦੇਵਾਂ